ਕਰਤਾਰਪੁਰ ਕੋਰੀਡੋਰ ਇੱਕ ਹਕੀਕਤ ਹੈ। ਇਹ ਅਰਦਾਸ ਤੋਂ ਜੱਫੀ ਤੱਕ ਅਤੇ ਜੱਫੀ ਤੋਂ ਹਕੀਕਤ ਤੱਕ ਹੁਣ ਹੋਂਦ ਵਿੱਚ ਆ ਚੁੱਕਾ ਹੈ। ਜਿਨ੍ਹਾਂ ਦੇ ਮਨਸੂਬੇ ਨੇ ਉਹ ਪਹਿਲਾਂ ਹੀ ਫੇਲ ਹੋ ਚੁੱਕੇ ਨੇ। ਜੇ ਕੋਈ ਅੱਗੇ ਵੀ ਕਰੇਗਾ ਤਾਂ ਕੌਮ ਨੂੰ ਰਲ ਕੇ ਡਟਵਾਂ ਵਿਰੋਧ ਕਰੇਗੀ ਉਸਦਾ। ਦੇਖੋ, ਇਹ DGP ਹੋਵੇ ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ, ਕੋਈ ਵੀ ਹੋਵੇ, ਸਾਡਾ ਮੈਸੇਜ ਸਾਰਿਆਂ ਨੂੰ ਹੈ ਕਿ ਜਿਹੜੇ ਕੋਰੀਡੋਰ ਦੇ ਵੈਰੀ ਨੇ, ਜਿਹੜੇ ਸਿੱਖ ਮੁਸਲਿਮ ਫਰੈਂਡਸ਼ਿਪ ਅਤੇ ਸਾਂਝ ਦੇ ਵੈਰੀ ਨੇ, ਉਹਨਾਂ ਨੂੰ ਅਸੀਂ ਖਬਰਦਾਰ ਕਰਦੇ ਹਾਂ ਕਿ ਇਹ ਸਾਂਝ ਬਰਕਰਾਰ ਹੈ। ਸਿੱਖ ਕੌਮ ਦੇ ਵੱਲੋਂ ਹਰ ਸਾਲ ਆਪਣਾ ਕੈਲੰਡਰ ਜਾਰੀ ਕੀਤਾ ਜਾਂਦਾ ਹੈ, ਜਿਸ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 2003 ਵਿੱਚ ਸਿੱਖ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਦੇ ਨਾਲ ਮਿਲ ਕੇ ਪਹਿਲੀ ਵਾਰ ਇਸ ਨੂੰ ਜਾਰੀ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਵਾਦ ਵਿਵਾਦ ਦੇ ਚੱਲਦੇ ਇਸ ਕੈਲੰਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਤੋਂ ਛਪਵਾਉਂਦੀ ਹੈ ਅਤੇ ਸਿੱਖ ਜਥੇਬੰਦੀਆਂ ਇਸ ਨੂੰ ਅਲੱਗ ਤੋਂ ਛਪਵਾ ਕੇ ਵੰਡਦੀਆਂ ਨੇ। ਅੱਜ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਸ਼ੁਰੂਆਤ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੁਰੂਆਤ ਹੋਈ, ਜਿੱਥੇ ਕੈਲੰਡਰ ਦਲ ਖਾਲਸਾ ਦੇ ਪ੍ਰਵਕਤਾ ਕੰਵਰਪਾਲ ਸਿੰਘ ਬਿੱਟੂ ਵੱਲੋਂ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਬਾਹਰ ਇਸ ਨੂੰ ਜਾਰੀ ਕੀਤਾ ਗਿਆ। ਇਸ ਦੌਰਾਨ ਕੈਲੰਡਰ ਨੂੰ ਜਾਰੀ ਕਰਨ ਤੋਂ ਪਹਿਲਾਂ ਦਲ ਖਾਲਸਾ ਦੇ ਬਿੱਟੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਹੱਥੋਂ ਪਾਈ ਦੀ ਨੌਬਤ ਆ ਗਈ, ਜਿਸ ਵਿੱਚ ਕੈਲੰਡਰ ਵੀ ਬੁਰੀ ਤਰ੍ਹਾਂ ਫਟ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਖ ਜਥੇਬੰਦੀਆਂ ਅਤੇ SGPC ਦੀ ਟਾਸਕ ਫੋਰਸ ਦੇ ਵਿੱਚ ਅਜਿਹੀ ਧੱਕਾ ਮੁੱਕੀ ਹੋਈ ਹੋਵੇ। ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਾਏ ਗਏ। ਖਾਸ ਗੱਲ ਇਹ ਹੈ ਕਿ ਕੈਲੰਡਰ ਦੇ ਉੱਤੇ ਕਰਤਾਰਪੁਰ ਕੋਰੀਡੋਰ ਦੀ ਤਸਵੀਰ ਲਗਾਈ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਕਿ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਿਆ ਜਾਵੇ, ਇਸ ਲਈ ਹੀ ਕੈਲੰਡਰ ਇਸ ਵਾਰ ਪਾਕਿਸਤਾਨ ਨੂੰ ਡੈਡੀਕੇਟ ਕੀਤਾ ਗਿਆ ਹੈ। ਅੱਜ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਪੰਥ ਪ੍ਰਵਾਨੇ 2003 ਤੋਂ ਲਾਗੂ ਹੈ, ਉਸਦੀ ਸੰਮਤ 552 ਕਾਪੀ ਅੱਜ ਅਕਾਲ ਤਖਤ ਸਾਹਿਬ ਦੇ ਸਕੱਤਰੇ ਅਤੇ ਦਲ ਖਾਲਸਾ ਨੇ ਜਾਰੀ ਕੀਤੀ ਹੈ। ਦਲ ਖਾਲਸਾ ਵੱਲੋਂ ਇਸ ਕੈਲੰਡਰ ਨੂੰ ਮੁੜ ਲਾਗੂ ਕਰਨ ਲਈ, ਜਿਹੜਾ ਕਿ 2010 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਸੋਧਾਂ ਦੇ ਨਾਮ ਹੇਠ ਇਸ ਦੀ ਰੂਹ ਦਾ ਕਤਲ ਕੀਤਾ ਸੀ, ਉਸ ਨੂੰ ਮੁੜ ਲਾਗੂ ਕਰਨ ਦੀ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕੁਛ ਤਾਕਤਾਂ ਦੇ ਦਬਾਅ ਹੇਠ 2010 ਦੇ ਵਿੱਚ ਇਸ ਨੂੰ ਮੁੜ ਬਿਕਰਮੀ ਕੀਤਾ ਸੀ, ਔਰ ਉਸ ਦਿਨ ਤੋਂ ਸ਼੍ਰੋਮਣੀ ਕਮੇਟੀ ਕੌਮ ਨੂੰ ਧੋਖਾ ਦੇ ਰਹੀ ਹੈ। ਬਿਕਰਮੀ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪਿਆ ਅਤੇ ਵੰਡਿਆ ਜਾ ਰਿਹਾ। ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਹਾਂ ਕਿ ਧੋਖਾ ਦੇਣਾ ਬੰਦ ਕਰੋ, ਮੁੜ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ, ਕਿਉਂਕਿ ਬੜੀਆਂ ਰੀਝਾਂ ਦੇ ਨਾਲ ਕੌਮ ਨੇ ਇਸ ਨੂੰ 2003 ਦੇ ਵਿੱਚ ਲਾਗੂ ਕੀਤਾ ਸੀ। ਇਹ ਕੈਲੰਡਰ ਅਸੀਂ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਇੱਕ ਤੋਹਫ਼ਾ ਸਿੱਖ ਪੰਥ ਨੂੰ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ, ਉਹਨੂੰ ਡੈਡੀਕੇਟ ਕੀਤਾ, ਅਤੇ ਇਸ ਕੈਲੰਡਰ ਰਾਹੀਂ ਅਸੀਂ ਪਾਕਿਸਤਾਨ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਤਾਕਤਾਂ ਉਹਨਾਂ ਸ਼ਕਤੀਆਂ ਨੂੰ ਉਹਨਾਂ ਵਿਅਕਤੀਆਂ ਨੂੰ ਵੀ ਖਬਰਦਾਰ ਕੀਤਾ ਜਿਨ੍ਹਾਂ ਦੇ ਮਨਸੂਬੇ ਸੀ ਕਿ ਕਿਸੇ ਤਰੀਕੇ ਇਹ ਕੋਰੀਡੋਰ ਹੋਂਦ ਵਿੱਚ ਨਾ ਆਏ, ਜੇ ਆ ਗਿਆ ਤਾਂ ਇਸ ਨੂੰ ਕਿਸੇ ਤਰੀਕੇ ਇਸ 'ਤੇ ਵਿਵਾਦ ਖੜਾ ਕਰਕੇ ਇਸ ਨੂੰ ਬੰਦ ਕੀਤਾ ਜਾਵੇ। ਵਿਵਾਦ ਜਿਹੜਾ DGP ਨੇ ਵੀ ਦਿੱਤਾ ਸੀਗਾ, ਬਿਆਨ ਦਿੱਤਾ ਸੀਗਾ ਮੰਦਭਾਗਾ, ਕਿ ਜਿਹੜੇ ਕਰਤਾਰਪੁਰ ਦਰਸ਼ਨਾਂ ਦੇ ਲਈ ਸੰਗਤ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਆਤੰਕਵਾਦੀ। ਦੇਖੋ, ਇਹ DGP ਹੋਵੇ ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ, ਕੋਈ ਵੀ ਹੋਵੇ, ਸਾਡਾ ਮੈਸੇਜ ਸਾਰਿਆਂ ਨੂੰ ਹੈ ਕਿ ਜਿਹੜੇ ਕੋਰੀਡੋਰ ਦੇ ਵੈਰੀ ਨੇ, ਜਿਹੜੇ ਸਿੱਖ ਮੁਸਲਿਮ ਫਰੈਂਡਸ਼ਿਪ ਅਤੇ ਸਾਂਝ ਦੇ ਵੈਰੀ ਨੇ, ਉਹਨਾਂ ਨੂੰ ਅਸੀਂ ਖਬਰਦਾਰ ਕਰਦੇ ਹਾਂ ਕਿ ਇਹ ਸਾਂਝ ਬਰਕਰਾਰ ਹੈ। ਇਹ ਮਨਸੂਬੇ ਜਿਹੜੇ ਨੇ, ਇਹ ਦੇਖੋ ਮਨਸੂਬੇ ਕਿੱਥੋਂ ਬਣਦੇ ਨੇ, ਕਿਵੇਂ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ, ਇਹ ਅਸੀਂ ਸਾਰੇ ਜਾਣਦੇ ਹਾਂ। ਸਟੇਟ ਦਾ ਇੱਕ ਪੁਰਜਾ ਹੁੰਦਾ, ਇੱਕ ਹਿੱਸਾ ਹੁੰਦਾ ਜਿਹੜੇ ਮਨਸੂਬੇ ਬਣਾਉਂਦਾ। ਅਸੀਂ ਉਹਨਾਂ ਸਾਰਿਆਂ ਨੂੰ ਹੀ ਖਬਰਦਾਰ ਕਰ ਰਹੇ ਹਾਂ ਕਿ ਕਰਤਾਰਪੁਰ ਕੋਰੀਡੋਰ ਇੱਕ ਹਕੀਕਤ ਹੈ। ਇਹ ਅਰਦਾਸ ਤੋਂ ਜੱਫੀ ਤੱਕ ਅਤੇ ਜੱਫੀ ਤੋਂ ਹਕੀਕਤ ਤੱਕ ਹੁਣ ਹੋਂਦ ਵਿੱਚ ਆ ਚੁੱਕਾ ਹੈ। ਜਿਨ੍ਹਾਂ ਦੇ ਮਨਸੂਬੇ ਨੇ ਉਹ ਪਹਿਲਾਂ ਹੀ ਫੇਲ ਹੋ ਚੁੱਕੇ ਨੇ। ਜੇ ਕੋਈ ਅੱਗੇ ਵੀ ਕਰੇਗਾ ਤਾਂ ਕੌਮ ਨੂੰ ਰਲ ਕੇ ਡਟਵਾਂ ਵਿਰੋਧ ਕਰੇਗੀ ਉਸਦਾ। SGPC ਦੀ ਟਾਸਕ ਫੋਰਸ ਅਤੇ ਉਹਨਾਂ ਵਿਚਕਾਰ ਹੋਈ ਹੱਥਾਪਾਈ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਅਕਾਲ ਤਖਤ ਸਾਰਿਆਂ ਦਾ ਹੈ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਪਰ ਜੋ ਨਵੇਂ ਨੌਜਵਾਨ ਭਰਤੀ ਕੀਤੇ ਗਏ ਨੇ ਉਹ ਅਕਸਰ ਹੀ ਹੋਰ ਜਥੇਬੰਦੀਆਂ ਦੇ ਨਾਲ ਅਜਿਹਾ ਵਿਵਹਾਰ ਕਰਦੇ ਨੇ।
अकाल तख्त साहब से असी अरदास की है, उत्थे सानू एक कहा गया श्रोमणी कमेटी वालों कि इत्थे अरदास मौके तुसी जारी ना करो, तुसी बाहर जाके कर सकते हो। असी कहा असी सकत्तरेत जाके करांगे। उस वेले उन्होंने कहा कि ठीक है, तुसी बाहर जाके कितने भी कर सकते हो अपनी चोणवी थां ते। जदों असी सकत्तरेत आए, इत्थों के कुछ मुलाजम जिहड़े मूँह जोर सीगे, जिन्हां नूं इन्हां ने नवें नवें मुंडे भर्ती किए ने, उन्हां नूं नहीं पता कि किद्दां संगतां दे नाल जथेबंदियां दे नाल विहार करीदा। उन्होंने इतराज़ किया, एक कैलेंडर नूं खिच्चोतानी दे विच उन्हां दे हत्थों फटिया भी है। पर जदों जिहड़े ज्ञानी हरप्रीत सिंह दे पीए ने उन्हां नूं सारी जानकारी दित्ती गई, तो उन्होंने कहा कि तुसी इत्थे जारी कर सकदे हो, क्योंकि मैं उन्हां नूं भी ते संगत दे सामने भी ये गल बड़ी स्पष्ट कही कि कल ज्ञानी हरप्रीत सिंह ने यह बयान जारी किया कि अकाल तख्त सारयां दा सांझा, ते जदों सारयां दा सांझा ते फिर सानूं इत्थे कैलेंडर जारी करन तों क्यों रोकिया गया। ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਮਤ ਇੱਕ ਦੂਜੇ ਤੋਂ ਅਲੱਗ ਹੋ ਸਕਦਾ ਹੈ, ਪਰ ਸ਼ਰਧਾ ਦੇ ਇਸ ਕੇਂਦਰ ਵਿੱਚ ਹੱਥਾਪਾਈ ਕਰਨਾ ਅਤੇ ਇੱਕ ਦੂਜੇ ਨੂੰ ਮਾੜਾ ਬੋਲਣਾ ਬੇਹੱਦ ਹੀ ਸ਼ਰਮਨਾਕ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।